अच्छा इदी बड़ी कुत्ते खाने हुई यार चलो कलाड़ी वाले चलो हुण आपां बणाउने आ आइसक्रीम वाले दी वीडियो ए काफी अलग दी तरह दी वीडियो बणाउंदे आ दो सो भी एक कहूगा बंदे आप चार ए बन रुपया इतना 800 री चार मिलनिया ने बार देख सकते तुम बारिश लगी फुल बड़ा फुल आप जावे हम भज के बारिश बहुत ज्यादा हम वापस आ गए बारिश बहुत ज्यादा हो रही उम्मीद करता कि तुहानू व्लॉग वधिया लगा होगा एंजॉयमेंट किया होगा होगी जे 1 2 3 4 5 जान दे ना यारी भी नहीं है ओए इन्होंने लाइन है क्या नहीं 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 तो आज आपां हुण पहुंच गए हां फिर तुहानू असीं भी जलंधर वाले को ये पिछे वेख सकदे हो भी जलंधर वाले जिहड़े हैगे आ उह हैगे आ मतलब कलाड़ी वाले ते आलू कुलचे वाले खोपड़ी कलाड़ी ते साफ होणी है ना हुण मैं तुहानू दिखा दा जलंधर वाले वीरां नूं ये बड़े फेमस ने जिद्दों भी जाओगे गांधी नगर च इन्हां दी रेहड़ी लगदी आ ते सामने तुसीं वेख सकदे हो भी हैगे आ जलंधर वाले नां लिखिआ होइआ ते बाकी तुहानू मैं उन्हां नूं दिखा दा हुण आपां पहुंच चुके आपां हुण चार प्लेटां करा लईआं ने आलू टिक्की दीआं ते वीर हुणां दे दर्शन कर सकदे हो भाई तुहाडी वाली वीडियो कल आएगी ठीक है वेख सकदे हो तुसीं ते वीर हुण टिक्कियां बहुत सवाद हुंदी आ कलाड़ी कुलचा वधिआ बणदा इन्हां दा ते बाकी तुसीं वेखदे हो बणे रहियो ओ भाई बनाओ थोड़ा बंदी पूरी एक वीडियो इन्हों का मतलब जो टेस्ट है वो अलग जो टेस्ट है आप जिद भी आई दा इन्हों को हर बार आई दा जलंधर वाले को तो बहुत घंट टेस्ट बनाते हैं चटनी दही सब मिक्स करके एक चम्मच मेरे को भाई एक मिनट चटनी ना पायो बाकी जी पा दियो
ਵਿਜ਼ਿਟ ਕਰਿਓ, ਬਹੁਤ ਹੀ ਘੈਂਟ ਚੀਜ਼ ਬਣਾਉਂਦੇ ਆ ਜਲੰਧਰ ਵਾਲੇ, ਤੇ ਹੋਰ ਵੀ ਜਿਹੜੀ ਲੋਹੜੀ ਕਿੰਨੀ ਲੱਗੀਆਂ ਹੋਈਆਂ, ਤੇ ਇਹਨਾਂ ਕੋਲ ਸਭ ਤੋਂ ਫੇਮਸ ਚੀਜ਼ਾਂ ਮਿਲਦੀਆਂ ਵਧੀਆ। ਤੇ ਬਾਕੀ ਲੋ ਜੀ ਆਪਣੀ ਟਿੱਕੀ ਦੀ ਪਲੇਟ ਆ ਚੁੱਕੀ ਆ, ਤੇ ਬਾਕੀ ਚੰਨੀ ਭਾਈ ਹੁਣ ਸੁਣ ਕੇ ਵੀ ਟੇਸਟ ਕਿਵੇਂ ਦਾ। ਲਾਜਵਾਬ ਟੇਸਟ ਆ ਭਾਈ, ਕਹਿੰਦੇ ਬੋਲੇ ਕੁਛ ਨੀ ਪਰ ਦੱਸਤਾ ਇਹ। ਨਹੀਂ ਭਾਜੀ ਆਪਣੀ ਵੀ ਆ ਗਈ ਹੈ, ਆਪਣੀ ਵੀ ਆ ਗਈ ਆ, ਕੋਈ ਗੱਲ ਨੀ ਗਦਾਰੀ ਕਰਤੀ। ਲਓ ਜੀ ਲਓ ਲਓ ਆ ਗਈ ਇੱਧਰ ਆ ਗਈ, ਲਓ ਲਓ ਧੰਨਵਾਦ ਭਾਈ। ਆ ਗਈ ਕੋਈ ਨਾ ਭਾਜੀ, ਮੈਂ ਸੋਚਿਆ ਸੀ। ਦੱਸੋ ਭਾਈ ਖਾ ਕੇ ਕਰੀ ਟੇਸਟ ਕਿਵੇਂ ਦਾ ਭਾਜੀ, ਮੈਂ ਵੇਖਣਾ ਹੁਣੇ ਹੁਣੇ, ਮੈਂ ਦੱਸਣਾ ਹੁਣੇ ਦੱਸ ਦੇ ਕਰੀ। ਦਹੀਂ ਲਾ ਲੈਂਦੇ ਥੋੜਾ ਜਿਹਾ, ਦਹੀਂ ਲਾ ਕੇ ਨਾਲ ਪਿਆਜ ਲਾ ਕੇ ਟਮਾਟਰ ਲਾ ਕੇ, ਪਿਆਜ ਨੀ ਓਨੀਅਨ ਪਲੇਟ ਮੈਨੂੰ ਦਿਓ ਨਾ ਭਾਜੀ, ਇਹ ਵਾਲੀ ਮੈਂ ਵੀ ਚੈੱਕ ਕਰਨਾ ਮਾੜਾ ਜਿਹਾ। ਨਹੀਂ ਉਹ ਵੀ ਦਿਓ ਮੈਨੂੰ, ਮੈਂ ਚੈੱਕ ਕਰਨਾ ਪੂਰੀ। ਹੁਣ ਤਾਂ ਹੁਣ ਤੁਸੀਂ ਮੇਰੇ ਵਾਲੇ ਵੇਖੋ ਵੀ ਮੈਂ ਕਿੱਦਾਂ ਖਾਣਾ। ਭਾਜੀ ਕਿੱਦਾਂ ਫੀਲ ਹੋਇਆ ਤੁਹਾਨੂੰ? ਟੇਸਟ ਇਹਨਾਂ ਦਾ ਘੈਂਟ ਆ ਪੂਰਾ। ਜੇ ਕਹਿੰਦੇ ਆਲੂ ਟਿੱਕੀ ਖਾਣੀ ਆ ਤਾਂ ਲਾਸਟ ਮੋੜ ਆ ਜਾਓ ਜਲੰਧਰ ਵਾਲਿਆਂ ਕੋਲ। ਪੈਸੇ ਤੁਸੀਂ ਦੇਣੇ ਨੇ? ਪੈਸੇ ਦੇ ਦਾਂਗੇ, ਟੈਸਟ ਵਾਲੇ ਕੋਲ ਕੋਈ ਨਹੀਂ ਪੈਸੇ। ਘੈਂਟ ਟੈਸਟ ਇਹਨਾਂ ਦਾ, ਮੇਰਾ ਕੂਪਨ ਕੋਡ ਇਸਤੇਮਾਲ ਕਰਿਓ। ਓਕੇ ਬੋਲ ਜਾਓ ਕੁਝ ਕੁਝ। ਲਿੰਦ ਭਾਈ ਕਿੱਦਾਂ ਦਾ ਲੱਗੇ ਪਾ ਦੇ ਹੋਰ ਸੰਗਤਾਂ ਨੂੰ ਪੁੱਛ ਲਓ ਬਾਹਰ। ਹਾਂ 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 ਬਾਕੀ ਤੁਸੀਂ ਜਲੰਧਰ ਵਾਲੇ ਕੋ ਆਇਓ ਕਮਲ ਭਾਜੀ ਖਿਲਾ ਰਹੇ ਨਾ ਆਪਣਾ ਲੈ ਰਹੇ ਕਮਲ ਡਾਇਮੰਡ, ਤੁਹਾਨੂੰ ਥੋੜੇ ਜਿਹੇ 10 ਰੁਪਏ ਲੈਸ ਹੋ ਜਾਣਗੇ। ਬਾਈ ਜੀ 10 ਰੁਪਏ ਲੈਸ ਕਿਵੇਂ ਗਏ ਹੋ? 10 ਰੁਪਏ ਹੋਣਗੇ ਤੁਹਾਨੂੰ ਸਾਡੇ ਨਾਂ ਤੇ ਭਾਜੀ, ਮੈਂ ਜਾਣ ਦੀ ਚੰਗੀ ਤਰ੍ਹਾਂ ਇਹਨਾਂ ਕੋਲ ਆਪਾਂ ਹਰ ਵਾਰੀ ਆਈਦਾ ਨਾ ਲੈ ਕੇ ਵੀਡੀਓ ਵਿਖਾ ਕੇ ਫਿਰ ਵੇਖੋ ਕਿ ਪਿਛਲਾ ਆਧਾਰ ਨਾ ਹੋਵੇ। ਇਦਾਂ ਨਹੀਂ, ਥੋੜਾ ਧਿਆਨ ਰੱਖਿਓ, ਜੇ ਪਿਛਲਾ ਆਧਾਰ ਹੈ ਤੁਹਾਨੂੰ ਚੁਕਾਉਣਾ ਪੈਣਾ। ਵੀਡੀਓ ਦਿਖਾ ਕੇ ਨਾਮ ਲੈ ਕੇ ਫਿਰ ਭਾਜੀ ਉਹਨਾਂ ਨੂੰ 10 ਰੁਪਏ ਲੈ ਜਾਣਗੇ ਤੁਹਾਨੂੰ। ਇੱਦਾਂ ਨਹੀਂ ਦੇਖ ਕੇ ਵੀ ਮਿਲ ਕੇ ਬਾਕੀ ਚਣੇ ਵੀ ਪਾ ਦੇ ਜੇ ਹੋਰ ਇੱਕ ਵਾਰੀ ਮੰਗੀਏ ਪਾ ਸਕਦੇ ਤੁਸੀਂ। ਬਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਨਾ। ਹਾਂ ਹਾਂ ਜਾਂ ਹੋਰ ਕੋਈ ਸ਼ੇਅਰ ਵੀ ਕਰ ਦਿਓ, ਲਾਈਕ ਵੀ ਕਰ ਦਿਓ, ਕਮੈਂਟ ਵੀ ਰਹਿ ਗਿਆ ਕਮੈਂਟ ਵੀ ਕਰ ਦਿਓ। ਭਾਜੀ ਖਤਮ ਹੋ ਗਏ ਨੇ, ਕੱਲ ਤੋਂ ਆਪਾਂ ਖਾੜਾ ਲਾ ਰਹੇ ਹਾਂ ਪੱਗਾਂ ਦਾ। ਕੱਲ ਤੋਂ ਆਪਾਂ ਪੱਗ ਦੀ ਵੀਡੀਓ ਬਣਾਵਾਂਗੇ, ਕੱਲ ਹੀ ਵੇਖਿਓ ਤੁਸੀਂ। ਫਿਰ ਮੇਨ ਉਹ ਚ ਹੋਣਗੇ, ਲੀਡ ਰੋਲ ਕਰਨਗੇ ਦਾਸ ਚਰਨਜੀਤ ਸਿੰਘ, ਚਰਨ ਸਿੰਘ ਚੰਨੀ ਚਰਨਜੀਤ ਸਿੰਘ ਤੇ ਭਾਈ ਪੱਗਾਂ ਦਾ ਵੀ ਕਿਹੜੀ ਬਣੋਗੇ ਮਾਰਾ ਭਾਜੀ? ਭਾਜੀ ਕੋਸ਼ਿਸ਼ ਕਰਾਂਗੇ ਜਿੱਦਾਂ ਵੀ। ਬਾਕੀ ਆਪਾਂ ਕੱਲ ਤੋਂ ਪੱਗਾਂ ਦੀ ਵੀਡੀਓ ਸ਼ੁਰੂ ਕਰ ਰਹੇ ਹਾਂ। ਜੇ ਕਿਸੇ ਨੇ ਪੱਗ ਸਿੱਖਣੀ ਹੋਏ ਤਾਂ ਜੰਮੂ ਏਅਰਪੋਰਟ ਗੁਰਦੁਆਰੇ ਜਾ ਸਕਦਾ ਹੈ, ਪਿੱਛੇ ਪਿੱਛੇ ਲੈ ਸਰਦਾਰ ਹੁਣੇ ਉੱਥੇ ਹੁੰਦੇ ਨੇ। ਇੱਕ ਮਿੰਟ ਰੁਕ ਜਾਓ, ਸੂਪ ਪੀ ਲੈਂਦੇ ਬੜੇ ਪਾਣੀ ਆ ਪਲੇਟਾਂ ਤੱਕ। ਕੋਈ ਗੱਲ ਨੀ ਭਾਈ, ਥੋੜਾ ਮਾਰ ਲਓ। ਅੱਛਾ ਉਹ ਦੱਸਿਓ ਪੱਗ ਇਹ ਭਾਜੀ ਕੰਟੀਨਿਊ ਕਰੋ। ਉਸਤਾਦ ਹੋਰੀ ਜਾਨੀ ਕਿ ਉਸਤਾਦ ਤਾਂ ਮੈਂ ਆ ਇਹਨਾਂ ਦਾ, ਇਹੀ ਮੇਰੇ ਉਸਤਾਦ, ਪਰ ਇਹਨਾਂ ਨੂੰ ਹੁਣ ਮੈਂ ਉਸਤਾਦ ਕਹਿ ਰਿਹਾ, ਅੱਜ ਮੈਂ ਏਟਾ ਸਾਰਿਆਂ ਦਾ ਪਰ ਮੈਂ। ਹਾਂਜੀ ਹੁਣ ਆਪਾਂ ਵਲੌਗ ਦੀ ਕਰਦੇ ਆ ਐਂਡਿੰਗ, ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਸ਼ੇਅਰ ਲਾਈਕ ਕਮੈਂਟ ਕਰ ਦਿਓ, ਤੇ ਬਾਕੀ ਵੀਡੀਓ ਵੇਖਦੇ ਰਹੋ ਤੇ ਚੈਨਲ ਕਰ ਦਿਓ ਸਬਸਕ੍ਰਾਈਬ। ਤੇ ਕੱਲ ਤੋਂ ਆਪਣੀ ਵੀਡੀਓ ਆਏਗੀ ਪੱਗ ਦੀ, ਸੋ ਵੀਰ ਆਪਣਾ ਹੈਗਾ ਚਰਨਜੀਤ ਸਿੰਘ ਚੰਨੀ, ਤੇ ਇਹ ਤੁਹਾਨੂੰ ਦੱਸਣਗੇ ਕੱਲ ਕਿਹੜੀ ਪੱਗ ਬਣਗੀ ਭਾਜੀ। ਕੱਲ ਬਟਾਲੇ ਪੱਗ ਜਾਏਗੀ ਪਟਿਆਲਾ ਸ਼ਾਹੀ, ਇਹ ਬਹੁਤ ਸੋਹਣੀ ਪੱਗ ਬੰਦੇ ਆ। ਤੇ ਜੇ ਕਿਸੇ ਨੇ ਸਿੱਖਣੀ ਹੋਏ ਨਾ ਤੇ ਏਅਰਪੋਰਟ ਗੁਰਦੁਆਰਾ ਸਾਹਿਬ ਆ ਸਕਦਾ, ਉਹ ਏਅਰਪੋਰਟ ਦੇ ਸਾਹਮਣੇ ਗੁਰਦੁਆਰਾ ਹੈਗਾ ਗੁਰੂ ਨਾਨਕ ਕਮਿਸ਼ਨ, ਤੇ ਜੇ ਕਿਸੇ ਨੇ ਪੱਗ ਸਿੱਖਣੀ ਹੋਏ ਤੇ ਬਣਾਉਣੀ ਹੋਏ ਤਾਂ ਵੀ ਆ ਸਕਦਾ। ਤੇ ਇਹ ਭਾਈ ਵੀ ਉੱਥੇ ਹੁੰਦੇ ਨੇ, ਤੇ ਇਹ ਪੱਗਾਂ ਮੰਨਦੇ ਨੇ, ਇਹ ਕੋਚ ਨੇ, ਇਹ ਕੋਚ ਨੇ, ਦੋਨੇ ਵੀਰ ਕੋਚ ਹੀ ਨੇ। ਤੇ ਜਦੋਂ ਵੀ ਕਿਸੇ ਨੇ ਆਉਣਾ ਹੋਏ ਉੱਥੇ ਆ ਕੇ ਆ ਸਕਦਾ। ਬਾਕੀ ਕੱਲ ਨੂੰ ਤੁਹਾਨੂੰ ਵੀਡੀਓ ਮਿਲੇਗੀ ਪੱਗ ਦੀ, ਸੋ ਸਾਰੇ ਹੀ ਪਿਆਰ ਦਿਓ, ਵੀਡੀਓ ਵੇਖੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਜਿੰਦਾਬਾਦ। ਤੇ ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਕਰ ਕਰ ਚੱਲੇ ਗੱਲ ਚੰਨੀ ਕਰੇ ਹੱਲ, ਕਰਦਾ ਮਸਲੇ ਹੱਲ, ਕਰਦਾ ਮਸਲੇ ਹੱਲ। ਸੋ ਠੀਕ ਹੈ ਜੀ, ਹੁਣ ਰੱਬ ਰੱਖਾ।
ਤੇ ਤੁਹਾਨੂੰ ਮਿਲਾਂਗਾ ਅਗਲੀ ਨਵੀਂ ਵੀਡੀਓ ਚ। ਲਾਈਕ ਸ਼ੇਅਰ ਕਮੈਂਟ ਕਰ ਦਿਓ। ਠੀਕ ਹੈ ਭਾਜੀ, ਮਿਲਦੇ ਆ ਤੁਹਾਨੂੰ ਫੇਰ, ਕੱਲ ਮਿਲਦੇ, ਕੱਲ ਮਿਲਦੇ ਪੱਗ ਦੇ ਟਾਈਮ।